ਸਮਾਂ ਬੀਤ ਜਾਣ ਦੇ ਬਾਅਦ ਵੀ ਨਵਜੋਤ ਸਿੱਧੂ ਵੱਲੋਂ ਮਹਿਕਮਾ ਨਾ ਸਾਂਭੇ ਜਾਣ ਮਗਰੋਂ ਹੁਣ ਕੈਪਟਨ ਸਾਹਿਬ ਦੇ ਮੰਤਰੀਆਂ ਨੇ ਵੀ ਸਿੱਧੂ ਨੂੰ ਨਸੀਹਤਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਨੇ। ਪਹਿਲਾਂ ਤ੍ਰਿਪਤ ਰਜਿੰਦਰ ਬਾਜਵਾ ਦੀ ਸਿੱਧੂ ਨੂੰ ਦੋ ਟੁੱਕ ਤੇ ਹੁਣ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਮਾਲ ਤੋਂ ਬਿਜਲੀ ਮੰਤਰੀ ਬਣੇ ਗੁਰਪ੍ਰੀਤ ਕਾਂਗੜ ਨੇ ਵੀ ਸਿੱਧੂ ਨੂੰ ਵਿਭਾਗ ਸੰਭਾਲਣ ਦੀ ਸਲਾਹ ਦਿੱਤੀ ਹੈ। ਸਾਡੇ ਹੋਰ ਜਿਹੜੇ ਸਹਿਯੋਗੀ ਮੰਤਰੀ ਨੇ ਉਹ ਹੁਣ ਇਹ ਕਹਿ ਰਹੇ ਨੇ ਕਿ ਸਿੱਧੂ ਸਾਹਿਬ ਨੂੰ ਉਹਦਾ ਸੰਭਲਣਾ ਚਾਹੀਦਾ, ਜੇਕਰ ਉਹਦਾ ਨਹੀਂ ਸੰਭਦੇ। ਚੰਗੀ ਗੱਲ ਕਹੀ ਉਹਨਾਂ ਨੇ, ਉਹਦਾ ਸੰਭਣਾ ਚਾਹੀਦਾ। ਜੇਕਰ ਉਹ ਕਹਿੰਦੇ ਨਹੀਂ ਸੰਭਦੇ ਤੇ ਫਿਰ ਰਿਜ਼ਾਈਨ ਕਰਕੇ ਅੱਡ ਹੋ ਜਾਣ। ਵੈਸੇ ਮੈਂ ਸਿੱਧੂ ਸਾਨੂੰ ਕਹੂੰ ਵੀ ਬਿਲਕੁਲ ਜਲਦੀ ਜਲਦੀ ਆਪਣਾ ਮਹਿਕਮਾ ਸੰਭਾਲਣ, ਕਿਉਂ ਅੱਜ ਜਿਹੜਾ ਅੱਜ ਦਾ ਸਮਾਂ ਹੈ, ਇਸ ਸਮੇਂ ਦੇ ਵਿੱਚ ਝੋਨੇ ਦੀ ਬਿਜਾਈ ਪੀਕ ਸੀਜ਼ਨ ਹੈ ਸਾਡਾ ਝੋਨੇ ਨੂੰ ਪਾਣੀ ਦੇਣ ਦਾ, ਔਰ ਮਿੰਟ ਮਿੰਟ ਸਾਨੂੰ ਪਤਾ ਲੱਗਣਾ ਚਾਹੀਦਾ ਵੀ ਸਪਲਾਈ ਚੱਲ ਰਹੀ ਹੈ, ਕਿਤੇ ਫਾਲਟ ਤਾਂ ਨਹੀਂ। ਇਹ ਬਹੁਤ ਇਹਨਾਂ ਦਿਨਾਂ ਦੇ ਵਿੱਚ ਅਤਿ ਜ਼ਰੂਰੀ ਹੁੰਦਾ ਹੈ, ਜੋ ਉੱਤੇ ਕੋਈ ਦੇਖ ਰੇਖ ਕਰਨ ਵਾਲਾ ਉਹਨਾਂ ਦਾ ਮਿਨਿਸਟਰ ਹੋਵੇ, ਉਹਨੂੰ ਅੱਜ ਉਹਨਾਂ ਨੂੰ ਸਿੱਧੂ ਸਾਹਿਬ ਨੂੰ ਚਾਹੀਦਾ ਵੀ ਜਲਦੀ ਤੋਂ ਜਲਦੀ ਆਪਣਾ ਸਪਸ਼ਟ ਕਰਨਾ ਚਾਹੀਦਾ ਕਿ ਕਿਉਂ ਉਹ ਤਾਂ ਸਾਹਮਣਾ ਚਾਹੁੰਦੇ ਨੇ, ਜੇਕਰ ਨਹੀਂ ਸਾਹਮਣਾ ਚਾਹੁੰਦੇ ਤਾਂ ਵੀ ਆਪਣਾ ਸਟੈਂਡ ਸਪਸ਼ਟ ਕਰਨ। ਵੇਖੋ ਗੱਲਾਂ ਕਲੀਅਰ ਹੁੰਦੀਆਂ, ਜੇ ਤਾਂ ਲੈਣਾ ਮਹਿਕਮਾ ਮੁੱਖ ਮੰਤਰੀ ਸਾਹਿਬ ਨਾਲ ਜਾ ਕੇ ਗੱਲ ਕਰਕੇ ਲੈ, ਮੁੱਖ ਮੰਤਰੀ ਸਾਹਿਬ ਨੇ ਦਿੱਤਾ ਹੀ ਹੋਇਆ ਜਾ ਕੇ ਆਪਦੀ ਕੁਰਸੀ 'ਤੇ ਬੈਠਣ, ਆਪਦਾ ਚਾਰ ਸਾਹਿਬ ਜਾਂ ਸਪਸ਼ਟ ਜੇ ਕੋਈ ਉਹਨਾਂ ਦੇ ਮਨ ਦੇ ਵਿੱਚ ਹੈ ਗਿਲਾ ਸ਼ਿਕਵਾ ਹੈ, ਉਹ ਬਹਿ ਕੇ ਪਾਰਟੀ ਦੇ ਅੰਦਰ ਆਪਦਾ ਗਿਲਾ ਸ਼ਿਕਵਾ ਦੱਸ ਕੇ ਉਸ ਗਿਲੇ ਸ਼ਿਕਵੇ ਨੂੰ ਦੂਰ ਕਰਕੇ। ਦੱਸ ਦਈਏ ਕਿ ਨਵਜੋਤ ਸਿੱਧੂ ਦੇ ਭਾਗ ਬਦਲੇ ਨੂੰ ਲਗਭਗ 1 ਮਹੀਨੇ ਦਾ ਸਮਾਂ ਪੂਰਾ ਹੋ ਚੁੱਕਿਆ, ਪਰ ਸਿੱਧੂ ਸਾਹਿਬ ਨੇ ਹਾਲੇ ਤੱਕ ਪਾਵਰ ਨਹੀਂ ਸਾਂਭੀ, ਜਿਸ ਦਾ ਖਮਿਆਜ਼ਾ ਕਿਤੇ ਨਾ ਕਿਤੇ ਆਮ ਲੋਕ ਤੇ ਕਿਸਾਨ ਭੁਗਤ ਰਹੇ ਨੇ। ਚੰਡੀਗੜ੍ਹ ਤੋਂ ਰਵਿੰਦਰ ਮੀਤ ਦੀ ਰਿਪੋਰਟ, ਦੈਨਿਕ ਸਵੇਰਾ ਟੀਵੀ।